ਪਟਿਆਲਾ ਵਿਖੇ ਪਿੰਡ ਰੇਟਖੇੜੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਪ੍ਰੋਗਰਾਮ ਹਰਸਾ ਸਵੰਸ਼ ਰਣਜੀਤ ਕੁਮਾਰ ਦੀ ਅਗਵਾਈ ਵਿੱਚ ਐਸੋਚੈਮ ਅਤੇ ਡੈਟੋਲ ਸਿਟੀ ਸੇਲਡ ਵੱਲੋਂ ਪ੍ਰਦੂਸ਼ਣ ਜਾਗਰੂਕਤਾ ਮੈਗਾ ਕੈਂਪ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਹਵਾ ਪ੍ਰਦੂਸ਼ਣ, ਵਾਤਾਵਰਨ ਪ੍ਰਦੂਸ਼ਣ ਅਤੇ ਪਾਣੀ ਪ੍ਰਦੂਸ਼ਣ ਸੰਬੰਧਿਤ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਤੇ ਡਾਕਟਰ ਮਿੰਨੀ ਸਿੰਗਲਾ RMO, ਸਰਦਾਰ ਰਾਜਵੀਰ ਸਿੰਘ ਰਵੀ ਮੈਂਬਰ ਬਲਾਕ ਸਮਿਤੀ ਚਲੈਲਾ ਜੋਨ, ਹੈਪੀ ਸਿੰਘ ਰੇਟਖੇੜੀ, ਸਰਦਾਰ ਜਸਪਾਲ ਸਿੰਘ ਸਾਬਕਾ ਸਰਪੰਚ ਕਾਠਮੱਠੀ ਨੇ ਬਤੌਰ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇੱਥੇ ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਸਰਪੰਚ ਸਰਦਾਰ ਦਲਜੀਤ ਸਿੰਘ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚੜਾਉਣ ਲਈ ਐਸੋਚੈਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਪੁੱਜੇ ਮੁੱਖ ਮਹਿਮਾਨਾਂ ਨੇ ਲੋਕਾਂ ਨੂੰ ਹਰ ਪ੍ਰਕਾਰ ਦੇ ਪ੍ਰਦੂਸ਼ਣ ਤੋਂ ਜਾਣੂ ਕਰਾਇਆ ਤੇ ਬਚਾਅ ਦੇ ਸੁਝਾਅ ਦੱਸੇ ਤੇ ਮੰਚ ਸੰਚਾਲਨ ਸਰਦਾਰ ਕਮਲਪਾਲ ਸਿੰਘ KP ਨੇ ਕੀਤਾ। ਇਸ ਪ੍ਰੋਗਰਾਮ ਨਾਲ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਨੂੰ ਜੈਨਰਿਕ ਦਵਾਈਆਂ ਵੀ ਦਿੱਤੀਆਂ ਗਈਆਂ। ਸਰਪੰਚ ਦਲਜੀਤ ਸਿੰਘ ਨੇ ਸਾਰੇ ਪਿੰਡ ਵਾਸੀਆਂ ਦਾ ਤੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਰਣਜੀਤ ਕੁਮਾਰ ਪ੍ਰੋਜੈਕਟ ਕੋਆਰਡੀਨੇਟਰ ਐਸੋਚੈਮ ਦਾ ਧੰਨਵਾਦ ਕੀਤਾ ਤੇ ਭਵਿੱਖ 'ਚ ਉਹਨਾਂ ਨਾਲ ਜੁੜੇ ਰਹਿਣ ਨੂੰ ਯਕੀਨੀ ਬਣਾਇਆ। ਤੇ ਧੰਨਵਾਦ ਕਰਦੇ ਹਾਂ ਜੀ ਪੂਰੀ ਡਾਕਟਰ ਸਾਹਿਬਾਨ ਟੀਮ ਦਾ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਆ ਕੇ ਅੱਜ ਮੈਡੀਕਲ ਕੈਂਪ ਲਾਇਆ ਜੀ, ਹੈਲਥ ਕੈਂਪ। ਰਾਜਵੀਰ ਸਿੰਘ ਜੀ ਕਾ, ਬਾਕੀ ਮਹਿਮਾਨੋਂ ਕਾ, ਸਰਪੰਚ ਜੀ ਕਾ ਔਰ ਡਾਕਟਰ ਸਾਹਿਬ ਕਾ ਬਹੁਤ ਬਹੁਤ ਧੰਨਵਾਦ ਕਿ ਉਹ ਲੋਗੋਂ ਨੇ ਇਤਨਾ ਵਕਤ ਨਿਕਾਲਾ ਔਰ ਯਹਾਂ ਪੇ ਆਏ ਔਰ ਅੱਜ ਜੋ ਹਮ ਲੋਕ ਸਭੀ ਯਹਾਂ ਪੇ ਬੈਠੇ ਹੈ ਔਰ ਇਸਕਾ ਜੋ ਇੱਕ ਮਕਸਦ ਹੈ ਸਾਰੇ ਮਹਿਮਾਨਗਣੋਂ ਨੇ ਬਤਾਇਆ ਆਪਕੋ ਕਿ ਪੋਲਿਊਸ਼ਨ ਬਹੁਤ ਤਰ੍ਹਾਂ ਦਾ ਹੁੰਦਾ ਹੈ, ਜੈਸੇ ਉਹਨਾਂ ਨੇ ਦੱਸਤਾ ਏਅਰ ਪੋਲਿਊਸ਼ਨ ਹੁੰਦਾ ਹੈ, ਪਾਣੀ ਦਾ ਪੋਲਿਊਸ਼ਨ ਹੁੰਦਾ ਹੈ, ਸੋਇਲ ਦਾ ਪੋਲਿਊਸ਼ਨ ਹੁੰਦਾ ਹੈ। ਝੂਠੀ ਤਸੱਲੀ ਨਹੀਂ ਦਿੰਦੇ ਦਿਲ ਨੂੰ ਬਹਿਲਾਉਣ ਦੇ, ਦੋਸਤਾਂ ਦੇ ਅਹਿਸਾਨ ਸਾਡੇ ਤੇ ਬਾਕੀ ਨੇ, ਕੋਸ਼ਿਸ਼ ਕਰਾਂਗੇ ਫਿਰ ਕਦੇ ਸਮਾਂ ਮਿਲ ਗਿਆ ਤਾਂ ਕਰਜ਼ਾ ਚੁਕਾਉਣ ਦੇ।